कानूना तो ज्यादा डर सानू काले कानूना का, वो साडी रोजी रोटी। हाँ सोदे नाल मैं भी किसान हाँ, मैं भी किसान हाँ, साडे दो बारी आके बैठे उदू बाद कहेंगे थोड़ी गल पहुँचाने उदू मुड़ के नहीं आई। ना असी लॉकडाउन तो डर, ना असी करोना तो डरते, साडे सिर ते कफन असी बन के तुरे हुए, जिन्ना जोर लाउणा कि गवर्नमेंट ला ले, असी ना धरने चक्कीए जा मरांगे जा कुछ करांगे, साडी करो मरो वाली नीति। हत्थां 'च झंडे फड़ बैठे किसानां दीआं इह तस्वीरां संगरूर दीआं ने, जिथे किसानां ने केंद्र दे खेती कानूनां खिलाफ़ पिछले 218 दिनां तों भाजपा लीडर दे घर दे बाहर डेरे लगाए हुए ने अते केंद्र दे खेती कानूनां खिलाफ़ लगातार संघर्ष कर रहे हन। इस मौके किसान जथेबंदियां ने सरकार नूं घेरदिआं साफ कहा कि जिन्ना समां खेती कानून रद्द नहीं हुंदे असीं उठण वाले नहीं, अते ना ही धरना खत्म करना, चाहे सरकार जो कुछ मर्जी कर लवे। सानू 218 दिन हो गए जी उरे बैठिया नू, रणनीतियां जिहड़े साडे उत्ते लीडर बनाउणगे उहदे हिसाब नाल चलांगे जी। इह करोना तो ज़्यादा डर सानू काले कानूनां दा जी, उह साडी रोजी रोटी खोही जाऊगी, ਉਹਦਾ ਸਾਨੂੰ ਜ਼ਿਆਦਾ ਡਰ ਹੈ, ਸਾਨੂੰ ਕੋਰੋਨਾ ਦਾ ਘੱਟ ਡਰ ਹੈ ਜੀ। ਭਾਜਪਾ ਨੇਤਾ ਦੇ ਘਰ ਦੇ ਬਾਹਰ ਬੈਠੇ ਹੋ, ਕਦੇ ਕਿਹਾ ਇਹਨਾਂ ਨੇ ਕਿ ਹੁਣ ਬਹੁਤ ਹੋ ਗਿਆ ਇੱਥੋਂ ਹੁਣ ਚਲੇ ਜਾਓ ਸਾਨੂੰ ਦਿੱਕਤ ਹੋ ਰਹੀ ਹੈ? ਇਹ ਪਹਿਲਾਂ ਆ ਕੇ ਕਹਿੰਦੇ ਸੀ ਜੀ ਵੀ ਹਾਂ ਤੁਹਾਡੇ ਨਾਲ ਆ, ਮੈਂ ਵੀ ਕਿਸਾਨ ਹਾਂ, ਮੈਂ ਵੀ ਕਿਸਾਨ ਹਾਂ, ਸਾਡੇ 'ਚ ਦੋ ਵਾਰੀ ਆ ਕੇ ਬੈਠੇ, ਉਦੋਂ ਬਾਅਦ ਇਹ ਕਹਿਣਗੇ ਤੁਹਾਡੀ ਗੱਲ ਪਹੁੰਚਾਉਂਦੇ ਆ, ਉਦੋਂ ਮੁੜ ਕੇ ਨਹੀਂ ਆਏ ਜੀ। ਲੋਕਡਾਊਨ ਦਾ ਤਾਂ ਸਾਨੂੰ ਕੋਈ ਡਰ ਹੀ ਨਹੀਂ, ਨਾ ਅਸੀਂ ਲੋਕਡਾਊਨ ਤੋਂ ਡਰੀਏ, ਨਾ ਅਸੀਂ ਕਰੋਨਾ ਤੋਂ ਡਰਦੇ ਹਾਂ। ਸਾਡੇ ਸਿਰ 'ਤੇ ਕੱਫਣ ਅਸੀਂ ਬੰਨ ਕੇ ਤੁਰੇ ਹੋਏ ਹਾਂ, ਜਿੰਨਾ ਜ਼ੋਰ ਲਾਉਣਾ ਗੌਰਮੈਂਟ ਲਾ ਲਏ, ਅਸੀਂ ਨਾ ਧਰਨੇ ਚੱਕੀਏ, ਨਾ ਜਾਂ ਤਾਂ ਸਾਡੇ ਜਾਨ ਗੋਲੀ ਚਲਾ ਕੇ ਮਾਰ ਦੇ ਜਾਂ ਸਾਨੂੰ ਕੋਈ ਹੋਰ ਚੀਜ਼ ਦੇ ਕੇ ਮਾਰ ਦੇ, ਉਹਨਾਂ ਚਿਰ ਅਸੀਂ ਹਿਲਦੇ ਨਹੀਂ, ਚਾਹੇ ਕੁਛ ਵੀ ਹੋ ਜੇ, ਜਾਂ ਮਰਾਂਗੇ ਜਾਂ ਕੁਛ ਕਰਾਂਗੇ, ਸਾਡੀ ਕਰੋ ਮਰੋ ਵਾਲੀ ਨੀਤੀ ਹੈ। ਜਾਂ ਤਾਂ ਗੌਰਮੈਂਟ ਸਾਡੇ ਤਿੰਨੇ ਕਾਲੇ ਕਾਨੂੰਨ ਰੱਦ ਕਰ ਦੇ ਤਾਂ ਧਰਨੇ ਚੱਕਾਂਗੇ, ਨਹੀਂ ਸਾਡਾ ਚਾਹੇ ਲੱਖਾਂ ਹੀ ਬੰਦਾ ਮਰ ਜੇ ਅਸੀਂ ਪਰ ਧਰਨੇ ਨਹੀਂ ਚੱਕਾਂਗੇ। ਇੱਕ ਪਾਸੇ ਤਾਂ ਸੂਬੇ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਸਟੇਜ ਬਹੁਤ ਖਤਰਨਾਕ ਹੈ, ਜਿਸ ਦੇ ਕਾਰਨ ਸਰਕਾਰਾਂ ਵੱਲੋਂ ਵੀ ਵੀਕਐਂਡ ਲੋਕਡਾਊਨ ਲਗਾਇਆ ਗਿਆ ਅਤੇ ਵੱਡੇ ਇਕੱਠ ਕਰਨ 'ਤੇ ਵੀ ਮਨਾਹੀ ਹੈ, ਪਰ ਕਿਸਾਨ ਅਜਿਹੀ ਭਿਆਨਕ ਬਿਮਾਰੀ 'ਚ ਵੀ ਸੜਕਾਂ 'ਤੇ ਬੈਠਣ ਨੂੰ ਮਜਬੂਰ ਹੋ ਰਹੇ ਨੇ ਅਤੇ ਸਰਕਾਰ ਨੂੰ ਵੀ ਚਾਹੀਦਾ ਕਿ ਕਿਸਾਨਾਂ ਨਾਲ ਗੱਲਬਾਤ ਕਰ, ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, D5 ਚੈਨਲ ਪੰਜਾਬੀ। D5 चैनल पंजाबी पूरे सब्सक्राइब करो, बेल आइकन पे क्लिक करो।